ਹੌਲੀਡੇ ਸੀਜ਼ਨ ਦੇ ਮੱਦੇਨਜ਼ਰ ਪੀਲਪੁਲਿਸ ਵੱਲੋਂ ਰਾਈਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਕੀ ਹੈ ਰਾਈਟ ਪ੍ਰੋਗਰਾਮ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੀਲਪੁਲਿਸ ਆਫੀਸਰ ਲਵਜੀਤ ਸਿੰਘ ਬੈਂਸ ਹੈਲੋ ਐਂਡ ਵੈਲਕਮ ਟੂ ਪੀਡੀਸੀ ਪੰਜਾਬੀ ਥੈਂਕ ਯੂ ਵੈਰੀ ਮਚੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼ਕਾਲ ਅਸੀਂ ਜਾਨਣਾ ਚਾਹਾਂਗੇ ਕਿ ਕੀ ਹੈ ਰਾਈਟ ਪ੍ਰੋਗਰਾਮ ਤੇ ਕਿਸ ਤਰ੍ਹਾਂ ਵਰਕ ਕਰ ਰਿਹਾ ਹੈ ਆ ਰਾਈਡ ਪ੍ਰੋਗਰਾਮ ਇਸ ਤਰ੍ਹਾਂ ਕਿ ਦੇਖੋ ਵੈਸੇ ਤਾਂ ਇਹ ਜਿਹੜਾ ਪੀਰ ਰੀਜIONAL ਪੁਲਿਸ ਵੱਲੋਂ ਜਿਹੜਾ ਰਾਈਡ ਪ੍ਰੋਗਰਾਮ ਸਾਰਾ ਸਾਲ ਚੱਲਦਾ ਰਹਿੰਦਾ ਹੈ ਜਿਹਦੇ ਤਹਿਤ ਕੀ ਹੁੰਦਾ ਕਿ ਜਿੰਨੇ ਵੀ ਡਰਾਈਵਰਸ ਜਿਹੜੇ ਰੋਡ ਤੇ ਡਰਾਈਵਿੰਗ ਕਰਦੇ ਨੇ ਤੇ ਉਹ ਸ਼ਰਾਬ ਅਸ਼ਰਾਬੀ ਹਾਲਤ ਵਿੱਚ ਹੁੰਦੇ ਨੇ ਸ਼ਰਾਬ ਪੀਤੀ ਹੁੰਦੀ ਹੈ ਉਹਨਾਂ ਨੇ ਅਲਕੋਹਲ ਕੰਜ਼ਿਊਮ ਕੀਤੀ ਹੁੰਦੀ ਹੈ ਉਹਨਾਂ ਨੂੰ ਰੋਡਸ ਦੇ ਵਿੱਚੋਂ ਪਾਸੇ ਕੀਤਾ ਜਾ ਸਕੇ ਤਾਂ ਕਿ ਉਹ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਣ ਨਾ ਕਿਸੇ ਨੂੰ ਕਰਨ ਤੇ ਅ ਜਸਟ ਬਿਕਾਜ਼ ਦਿਸ ਇਜ਼ ਦ ਟਾਈਮ ਆਫ ਦ ਈਅਰ ਵੇਰ ਜਦੋਂ ਇਟ ਬਹੁਤ ਜ਼ਿਆਦਾ ਪਾਰਟੀਆਂ ਹੁੰਦੀਆਂ ਨੇ ਜਿਹੜਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਜਿਹੜਾ ਹੌਲਿਡੇ ਸੀਜ਼ਨ ਹੈ ਦਿਸੰਬਰ ਦਾ ਮਹੀਨਾ ਖਾਸ ਕਰਕੇ ਬਹੁਤ ਜ਼ਿਆਦਾ ਇਵੈਂਟਸ ਹੁੰਦੇ ਨੇ ਫੰਕਸ਼ਨਸ ਹੁੰਦੇ ਨੇ ਉਦੋਂ ਫਿਰ ਇਸ ਪ੍ਰੋਗਰਾਮ ਨੂੰ ਥੋੜਾ ਜਿਆਦਾ ਇਨਫੋਰਸ ਕੀਤਾ ਜਾਂਦਾ ਹੈ ਕਿਉਂਕਿ ਉਦੋਂ ਚਾਂਸਸ ਜਿਹੜੇ ਹੁੰਦੇ ਨੇ ਇੰਪੇਅਰਡ ਡਰਾਈਵਿੰਗ ਦੇ ਵੱਧ ਜਾਂਦੇ ਨੇ ਤੇ ਸਪੌਟ ਚੈਕਿੰਗ ਹੁੰਦੀ ਹੈ ਫਿਰ ਉਹਦੇ ਵਿੱਚ ਡਰਾਈਵਰਸ ਨੂੰ ਚੈੱਕ ਕੀਤਾ ਜਾਂਦਾ ਜਿਹੜੇ ਵੀ ਡਰਾਈਵਰਸ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੁੰਦੇ ਨੇ ਤੇ ਇੰਪੇਅਰਡ ਹਾਲਤ ਦੇ ਹੁੰਦੇ ਨੇ ਤੇ ਜ਼ੀਰੋ ਆ ਟੋਲਰੈਂਸ ਪਾਲਿਸੀ ਦੇ ਤਹਿਤ ਇਹ ਸਾਰਾ ਜਿਹੜਾ ਕੈਂਪੇਨ ਚਲਾਈ ਜਾਂਦੀ ਹੈ ਤੇ ਇਸ ਵਿੱਚ ਸਜ਼ਾ ਦਾ ਕੀ ਪ੍ਰਾਵਧਾਨ ਹੈ ਤੇ ਕਿੰਨਾ ਫਾਈਨ ਜਿਹੜਾ ਹੈ ਉਹ ਪੈ ਸਕਦਾ ਵੈਲ ਫਾਈਨ ਦੇਖੋ ਇਸ ਤਰ੍ਹਾਂ ਹੈ ਕਿ ਇਟ ਵੇਰੀਜ਼ ਇਟ ਵੇਰੀਜ਼ ਫ্রম ਯੂ نو ਜਿਹੜਾ ਇੰਟੈਂਸਿਟੀ ਆਫ ਦਾ ਚਾਰਜ ਜਿਹੜਾ ਚਾਰਜ ਲੱਗਦਾ ਉਹਦੀ ਅਲੱਗ-ਅਲੱਗ ਤਰੀਕੇ ਦੀ ਉਹਦੀ ਉਹਦੇ ਕਨਸੀਕਵੈਂਸਸ ਹੁੰਦੇ ਨੇ ਇੱਕ ਜੇ ਜੇ ਥੋੜਾ ਚਾਰਜ ਜਾਂ ਤਾਂ ਕਈ ਵਾਰੀ ਕੀ ਹੁੰਦਾ ਕਿ ਸਿਰਫ 3 ਦਿਨ ਵਾਸਤੇ ਜਿਹੜਾ ਵਹੀਕਲ ਹੁੰਦਾ ਉਹ ਇੰਪਾਉਂਡ ਹੋ ਜਾਂਦਾ ਤੇ ਡਰਾਈਵਰਸ ਲਾਇਸੈਂਸ ਸਸਪੈਂਡ ਹੋ ਜਾਂਦਾ ਜਦੋਂ ਚਾਰजेस ਵੱਡੇ ਹੁੰਦੇ ਨੇ ਉਹਦੇ ਵਿੱਚ ਜਿਹੜੀ ਤੁਹਾਡੀ ਅਰੈਸਟ ਹੁੰਦੀ ਹੈ ਤੇ ਅਰੈਸਟ ਉਸ ਤੋਂ ਬਾਅਦ ਫਿਰ ਉਹ ਜਿਹੜਾ ਕੇਸ ਕੋਰਟ ਦੇ ਵਿੱਚ ਜਾਂਦਾ ਨਜ਼ਰ ਅੱਛਾ ਟੂ ਦਾ ਜੱਜ ਟੂ ਡਿਸਾਈਡ ਕਿ ਉਹ ਡਿਪੈਂਡ ਕਰਦਾ ਵੀ ਕਨਵਿਕਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਜੇ ਹੁੰਦੀ ਹੈ ਤਾਂ ਫਿਰ ਉਹ ਜੱਜ ਨੇ ਉਹਦੀ ਜਿਹੜੀ ਸਜ਼ਾ ਉਹ ਜਿਹੜੀ ਸੈਂਟੈਂਸਿੰਗ ਉਹ ਜੱਜ ਨੇ ਦੇਣੀ ਹੁੰਦੀ ਹੈ ਤੇ ਹੌਲੀਡੇ ਸੀਜ਼ਨ ਦੇ ਮੱਦੇਨਜ਼ਰ ਸਾਡੇ ਈਵਰਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਵੱਲਾ ਯੂ ਨੋ ਅ ਮੈਸੇਜ ਮੇਰਾ ਪਰਸਨਲ ਤੇ ਅਪੀਲ ਰਿਜ਼ਨ ਪੁਲਿਸ ਦੇ ਬਿਹਫ ਤੇ ਮੈਂ ਇਹੀ ਕਹੂੰਗਾ ਇਟਸ ਇਟਸ ਅ ਬਿਊਟੀਫੁਲ ਸੀਜ਼ਨ ਐਂਡ ਯੂ ਨੋ ਲੈਟਸ ਡਰਿੰਕ ਰਿਸਪੋਨਸਿਬਲੀ ਜਿੰਨਾ ਨੇ ਵੀ ਗੱਡੀ ਚਲਾਉਣੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਨੇ ਬਾਅਦ ਚੋਂ ਡਰਾਈਵ ਕਰਨੀ ਹੈ ਜਾਂ ਉਹ ਡੈਜ਼ਿਗਨੇਟਡ ਡਰਾਈਵਰ ਨੇ ਸਾਡੀ ਰਿਕਵੈਸਟ ਇਹੀ ਹੈ ਜਾਂ ਸਾਡੀ ਐਡਵਾਈਸ ਯੂਰ ਰეკਮੈਂਡੇਸ਼ਨ ਇਹੀ ਹੈ ਕਿ ਉਹ ਗੱਡੀ ਉਹ ਸ਼ਰਾਬ ਨਾ ਪੀਣ ਤੇ ਜੇ ਉਹਨਾਂ ਨੇ ਪੀਤੀ ਵੀ ਹੈ ਤਾਂ ਪਲੀਜ਼ ਡਰਿੰਕ ਕੇਅਰਫੁਲੀ ਤੇ ਜੇ ਤੁਹਾਡੇ ਕੋਲ ਕੋਈ ਡੈਜ਼ਿਗਨੇਟਡ ਡਰਾਈਵਰ ਹੋਰ ਹੈਗਾ ਤਾਂ ਤੁਸੀਂ ਉਹਨੂੰ ਪਲੀਜ਼ ਯੂਟਿਲਾਈ Taxi call, Carlo. You know, use any other means. Uh, just be sober and uh, you know uh, drink uh, responsibility and uh, drive safe and uh, don't drink and drive. Thank you so much for talking to BDC Punjabi.